ਆਪਣਾ ਸਰਨ, ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਫਿਰ ਸਵਾਗਤ ਕਰਦਾ ਹਾਂ। ਅੱਜ ਮੇਰਾ ਸੈਕਿੰਡ ਬਲੌਗ ਆ, ਅਤੇ ਜਿੱਦਾਂ ਮੈਂ ਤੁਹਾਨੂੰ ਫਸਟ ਬਲੌਗ ਦੇ ਵਿੱਚ ਵਿਜਿਟ ਕਰਾਇਆ ਸੀ ਆਪਣੀ ਇੱਕ ਐਸੀ ਸੁਸਾਇਟੀ ਦੇ ਵਿੱਚ ਜਿਹੜੀ ਕਿ ਆਪਣੀ ਚੰਡੀਗੜ੍ਹ ਤੋਂ ਮਨਾਲੀ ਰੋਡ ਦੇ ਉੱਤੇ ਰਹਿਣ ਵਾਲੀ ਹੈ, ਅਤੇ ਆਪਣਾ ਜਿਹੜਾ ਚੰਡੀਗੜ੍ਹ ਦਾ ਡਿਸਟੈਂਸ ਹੈ ਇੱਧਰੋਂ ਵਿਦ ਇਨ ਕੁਛ 15 ਮਿੰਟ ਦਾ ਡਿਸਟੈਂਸ ਰਹਿਣ ਵਾਲਾ ਆ। ਅਤੇ ਆਪਣੀ ਸੁਸਾਇਟੀ ਤੁਸੀਂ ਦੇਖ ਰਹੇ ਹੋ ਕਿ ਆਲਰੇਡੀ ਡਿਵਲਪ ਹੋ ਚੁੱਕੀ ਆ, 7.5 ਏਕੜ ਦਾ ਆਪਣਾ ਇਹ ਪ੍ਰੋਜੈਕਟ ਆ। ਅਤੇ ਜੇ ਮੈਂ ਮੇਨ ਗੱਲ ਕਰਾਂ ਆਪਣੀ ਇਸ ਸੁਸਾਇਟੀ ਦੀ, ਇਸ ਸੁਸਾਇਟੀ ਦੇ ਵਿੱਚ ਆਪਾਂ ਨੂੰ 2 ਮੈਂਬਰ ਕਲੱਬ ਰਹਿਣ ਵਾਲੇ ਆ। ਮੈਂ ਫਸਟ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੈਂਬਰ ਕਲੱਬ ਵਿਖਾ ਦਿੱਤਾ ਸੀ, ਅਤੇ ਹੁਣ ਤੁਸੀਂ ਮੇਰੇ ਜਿਹੜਾ ਕਿ ਪਿੱਛੇ ਦੇਖੋਗੇ ਕਿ ਆਹ ਮੇਰਾ ਸੈਕਿੰਡ ਮੈਂਬਰ ਕਲੱਬ ਰਹਿਣ ਵਾਲਾ ਆ। ਅਤੇ ਇਸ ਮੈਂਬਰ ਕਲੱਬ ਦੇ ਵਿੱਚ ਤੁਹਾਨੂੰ ਇਨਡੋਰ ਆਊਟਡੋਰ ਗੇਮਸ, ਅਤੇ ਸਭ ਤੋਂ ਵੱਡੀ ਗੱਲ ਤੁਹਾਡੇ 2 ਪਰੂਫ ਦੇ ਉੱਤੇ ਸਵਿਮਿੰਗ ਪੂਲ ਰਹਿਣ ਵਾਲਾ ਆ। ਅਤੇ ਆਪਣੀ ਵੈਲ ਮੇਨਟੇਨ ਆਪਣੀ ਇਹ ਸੁਸਾਇਟੀ ਆ, ਤੁਸੀਂ ਦੇਖ ਰਹੇ ਹੋ ਕਿ ਕਾਫੀ ਹੀ ਸਾਫ਼ ਸੁਥਰੀ ਆਪਣੀ ਸੁਸਾਇਟੀ ਆ। ਗਜ਼ੀਬੋ ਵਗੈਰਾ ਇੱਥੇ ਤੁਹਾਨੂੰ ਆਲਰੇਡੀ ਪ੍ਰੋਵਾਈਡ ਕੀਤੇ ਜਾ ਰਹੇ ਨੇ। ਅਤੇ ਆਪਣੀ ਇਹ ਸੁਸਾਇਟੀ ਦੇ ਵਿੱਚ ਤੁਹਾਡੇ ਛੋਟੇ ਬੱਚਿਆਂ ਦੇ ਲਈ, ਵੀ ਪਲੇ ਸਕੂਲ ਵੀ ਤੁਹਾਨੂੰ ਇੱਥੇ ਮਿਲਣਗੇ। ਅਤੇ ਜੇ ਮੈਂ ਹੁਣ ਗੱਲ ਕਰਾਂ ਇਸ ਸੁਸਾਇਟੀ ਦੇ ਵਿੱਚ ਮੇਨ ਗੱਲ ਕੀ ਰਹਿਣ ਵਾਲੀ ਹੈ, ਜਦੋਂ ਅਸੀਂ ਸਵੇਰੇ ਉੱਠੀਏ ਅਤੇ ਜੇਕਰ ਸਾਨੂੰ ਇੱਥੇ ਰੱਬ ਦੇ ਦਰਸ਼ਨ ਹੋ ਜਾਣ, ਜਿੱਦਾਂ ਕਿ ਆਪਣੀ ਇਸ ਸੁਸਾਇਟੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿੱਛੇ ਮੰਦਰ ਵੀ ਰਹਿਣ ਵਾਲਾ ਆ, ਜਿੱਥੇ ਤੁਸੀਂ ਭਗਤੀ ਕਰ ਸਕਦੇ ਹੋ ਸਵੇਰੇ ਸ਼ਾਮ ਆ ਕੇ। ਤੁਹਾਨੂੰ ਇੱਥੋਂ ਸੁਸਾਇਟੀ ਤੋਂ ਬਾਹਰ ਜਾਂਦੀ ਤੁਹਾਨੂੰ ਕਿਸੇ ਤਰ੍ਹਾਂ ਦੀ ਨੀਡ ਨਹੀਂ ਰਹਿਣੀ। ਔਰ ਇਸ ਸੁਸਾਇਟੀ ਦੇ ਵਿੱਚ ਤੁਹਾਨੂੰ ਡੇਲੀ ਨੀਡ ਵਾਸਤੇ ਆਪਣੀ ਹੀ ਇੱਧਰ ਹੀ ਸੁਸਾਇਟੀ ਦੀਆਂ ਕਮਰਸ਼ੀਅਲ ਸ਼ੋਪਸ ਰਹਿਣ ਵਾਲੀਆਂ ਨੇ, ਜਿੱਥੇ ਤੁਸੀਂ ਡੇਲੀ ਨੀਡਸ ਦੀਆਂ ਚੀਜ਼ਾਂ ਲੈ ਸਕਦੇ ਹੋ, ਉਹ ਸੁਸਾਇਟੀ ਦੇ ਅੰਦਰ ਹੀ ਰਹਿਣਗੀਆਂ। ਅਤੇ ਆਓ ਹੁਣ ਚੱਲਦੇ ਹਾਂ ਆਪਣੇ 3 BHK ਦਾ ਜਿਹੜਾ ਸੈਂਪਲ ਫਲੈਟ ਹੈ ਉਸ ਸਾਈਡ 'ਤੇ, ਤੁਹਾਨੂੰ ਚਲੋ ਆਪਾਂ ਟੂਰ ਕਰਾਉਂਦੇ ਹਾਂ, ਆਓ ਬਣੇ ਰਹੋ ਇਸ ਬਲੌਗ ਦੇ ਵਿੱਚ। ਚਲੋ ਜੀ ਹੁਣ ਆ ਜਾਓ, ਤੁਹਾਨੂੰ ਵਿਖਾਉਂਦੇ ਹਾਂ ਆਪਣਾ ਇਸ ਅਪਾਰਟਮੈਂਟ ਦਾ 3 BHK ਦਾ ਫਲੈਟ। 3 BHK ਦਾ ਮਤਲਬ ਹੁੰਦਾ ਜੀ 3 ਬੈਡਰੂਮ ਵਾਲਾ ਘਰ। ਮੈਨੂੰ ਕਈਆਂ ਦੇ ਜਿੱਦਾਂ ਮੈਂ ਲਾਸਟ ਕੰਮ ਕਰ ਰਿਹਾ ਨਾ ਪ੍ਰੋਪਰਟੀ ਦਾ, ਅਤੇ ਮੈਨੂੰ ਕਈਆਂ ਬੰਦਿਆਂ ਦਾ ਫੋਨ ਮੈਸੇਜ ਆਉਂਦਾ ਆ 3 BHK ਦਾ ਮਤਲਬ ਕੀ ਹੁੰਦਾ ਅਤੇ 2 BHK ਦਾ ਮਤਲਬ ਕੀ ਹੁੰਦਾ। ਅਤੇ ਮੈਂ ਤੁਹਾਨੂੰ ਇਸ ਬਲੌਗਿੰਗ ਦੇ ਰਾਏ ਦੱਸਦਾ, ਜਿਨ੍ਹਾਂ ਨੇ ਮੈਨੂੰ ਇਹ ਪਹਿਲਾਂ ਕੁਸ਼ਚਨ ਕੀਤੇ ਸਨ ਮੇਰੇ ਫੋਨ ਕਰਕੇ, ਅਤੇ ਮੈਂ ਤੁਹਾਨੂੰ ਦੱਸਦਾ ਪਿਆ ਕਿ 3 BHK ਦਾ ਮਤਲਬ ਕਿ 3 ਬੈਡਰੂਮ ਅਤੇ 2 BHK ਦਾ ਮਤਲਬ 2 ਬੈਡਰੂਮ। ਅਤੇ ਆਓ ਹੁਣ ਆਪਾਂ ਐਂਟਰੀ 'ਤੇ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਐਂਟਰੀ 'ਤੇ ਰਹੇਗਾ ਜੀ 8 ਫੁੱਟ ਦਾ ਡੋਰ। ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਜੀ ਇਸ ਘਰ ਦੇ ਲਿਵਿੰਗ ਏਰੀਆ ਵਾਲੇ ਪਾਸੇ। ਪਹਿਲਾਂ ਮੈਂ ਤੁਹਾਨੂੰ ਵਿਖਾ ਦਾਂ, ਇਹ ਹੈ ਜੀ ਆਪਣਾ ਲਿਵਿੰਗ ਏਰੀਆ। ਅਤੇ ਹਾਲੇ ਆਪਾਂ ਇੱਥੇ 5 ਸੀਟਰ ਵਾਲਾ ਸੋਫਾ ਜੋ ਹੈ ਕਿ ਡਿਜ਼ਾਇਨ ਕੀਤਾ ਹੋਇਆ, ਤੁਸੀਂ ਦੇਖ ਰਹੇ ਹੋ ਕਿ ਇੰਨਾ ਕੁ ਸਪੇਸ ਹੈ ਕਿ ਆਪਣਾ ਇੱਥੇ 5 ਸੀਟਰ ਨਹੀਂ, ਆਪਾਂ ਇੱਥੇ 7 ਸੀਟਰ ਸੋਫਾ ਐਡਜਸਟ ਕਰ ਸਕਦੇ ਹਾਂ। 7 ਸੀਟਰ ਕਿੱਦਾਂ ਕਿ ਜਿੱਦਾਂ ਆਪਾਂ ਤੁਸੀਂ ਦੇਖ ਰਹੇ ਹੋ ਜੀ 3 ਇੱਕ ਸਾਈਡ ਨੇ ਅਤੇ 2 ਇੱਕ ਸਾਈਡ ਨੇ, ਅਤੇ ਆਪਣੇ ਇੱਥੇ 1 ਸਾਈਡ 'ਤੇ ਅਸੀਂ 2 ਕੋਚ ਰੱਖ ਸਕਦੇ ਹਾਂ, ਜਿੱਦਾਂ ਕਿ ਅੱਜ ਕੱਲ੍ਹ ਦਾ ਮਾਡਰਨ ਜ਼ਮਾਨਾ ਚੱਲ ਰਿਹਾ 5 ਸੀਟਰ ਦੇ ਨਾਲ 2 ਕੋਚ ਦਾ, ਹੈ ਨਾ। ਅਤੇ ਲਿਵਿੰਗ ਦੇ ਬਿਲਕੁਲ ਹੀ ਸਾਹਮਣੇ ਆਪਣੇ ਕੋਲ ਰਹਿਣ ਵਾਲਾ ਜੀ ਡਾਇਨਿੰਗ ਏਰੀਆ। ਡਾਇਨਿੰਗ ਏਰੀਆ ਜਿੱਥੇ ਤੁਹਾਡੇ ਰਿਸ਼ਤੇਦਾਰ ਆਉਣਗੇ ਅਤੇ ਬਹਿ ਕੇ ਰੋਟੀ ਖਾਉਣਗੇ। ਅਤੇ ਭਾਬੀ ਦਾ ਆਪਾਂ ਜ਼ਿਆਦਾ ਧਿਆਨ ਰੱਖਿਆ, ਕਈ ਬੀਬੀਆਂ ਦੇ ਅੱਜ ਕੱਲ੍ਹ ਜਿੱਦਾਂ ਗੋਡੇ ਨਹੀਂ ਚੱਲਦੇ ਨਾ, ਅਤੇ ਡਾਇਨਿੰਗ ਦੇ ਬਿਲਕੁਲ ਹੀ ਸਾਹਮਣੇ ਆਪਣੀ ਰਹੇਗੀ ਮੋਡਲਰ ਕਿਚਨ। ਮੋਡਲਰ ਕਿਚਨ ਵਾਲੇ ਪਾਸੇ ਆਪਾਂ ਬਾਅਦ 'ਚੋਂ ਜਾਵਾਂਗੇ, ਪਹਿਲਾਂ ਤੁਹਾਨੂੰ ਆਪਾਂ ਡਾਇਨਿੰਗ ਏਰੀਆ ਬਾਰੇ ਬਾਰੇ ਦੱਸ ਦਿੰਦੇ ਹਾਂ। ਜਿੱਦਾਂ ਆਪਣੇ ਕਈ ਘਰਾਂ ਦੇ ਵਿੱਚ ਡਾਇਨਿੰਗ ਟੇਬਲ ਨਹੀਂ ਹੁੰਦਾ, ਹੈ ਨਾ, ਅਤੇ ਆਪਾਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਲਿਵਿੰਗ ਏਰੀਆ ਦੇ ਵਿੱਚ ਅਸੀਂ ਸੋਫੇ ਦੇ ਨਾਲ ਆਪਣਾ ਦੀਵਾਨ ਰੱਖ ਲੈਂਦੇ ਹਾਂ, ਅਤੇ ਆਪਾਂ ਇੱਥੇ ਦੀਵਾਨ ਰੱਖ ਕੇ ਵੀ ਕਾਫੀ ਸਪੇਸ ਆਪਣੇ ਕੋਲ ਇਸ ਲਿਵਿੰਗ ਏਰੀਆ ਦੇ ਵਿੱਚ ਸਾਨੂੰ ਮਿਲਣ ਵਾਲਾ ਆ, ਹੈ ਨਾ। ਅਤੇ ਚਲੋ ਡਾਇਨਿੰਗ
ਟੇਬਲ ਲਿਆਓ ਅਤੇ ਆਪਣੇ ਘਰ ਨੂੰ ਮਾਡਰਨ ਬਣਾਓ। ਅਤੇ ਇੱਕ ਸਾਈਡ 'ਤੇ ਜਿੱਦਾਂ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਕਿ ਆਪਣੀ ਬਾਲਕੋਨੀ ਰਹੇਗੀ, ਇਹ ਆਪਣਾ ਦੇਖਾ ਜੀ ਬਾਲਕੋਨੀ ਏਰੀਆ, ਅਤੇ UPC ਦੀ ਆਪਣੀਆਂ ਵਿੰਡੋ ਰਹਿਣਗੀਆਂ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਵੱਡੀ ਵੱਡੀ ਵਿੰਡੋ ਦੇ ਨਾਲ, ਔਰ ਕਾਫੀ ਵੱਡੀ ਆਪਣੇ ਕੋਲ ਇੱਥੇ ਬਾਲਕੋਨੀ ਰਹੇਗੀ। ਅਤੇ ਪਾਰਕਾਂ 'ਚ ਜਾਣ ਤੋਂ ਪਹਿਲਾਂ ਅਸੀਂ ਨਾ ਆਪਣੀ ਬਾਲਕੋਨੀ ਦੇ ਵਿੱਚ ਹੀ ਚਹਿਲ ਪਹਿਲ ਸਕਦੇ ਹਾਂ। ਅਤੇ ਆਓ ਹੁਣ ਆਪਾਂ ਚੱਲਦੇ ਹਾਂ ਇਸ ਘਰ ਦੀ ਮਾਡਲਰ ਕਿਚਨ ਵਾਲੇ ਪਾਸੇ। ਆ ਰਹੇਗੀ ਜੀ ਆਪਣੀ ਮਾਡਲਰ ਕਿਚਨ ਜੋ ਤੁਸੀਂ ਦੇਖ ਰਹੇ ਹੋ ਜੀ, ਔਰ ਪੈਰਲਰ ਆਪਾਂ ਇੱਥੇ ਜਿਹੜਾ ਕਿ ਮਾਈਕੇ ਦਾ ਜੋ ਕਲਰ ਤੁਸੀਂ ਦੇਖ ਰਹੇ ਹੋ ਨਾ ਬਲੈਕ ਅਤੇ ਗ੍ਰੇ ਅਤੇ ਨਾਲ ਵਾਈਟ ਕਿਚਨ ਦੇ ਵਿੱਚ ਅਸੀਂ ਪ੍ਰੈਜੈਂਟ ਕੀਤਾ ਹੋਇਆ। ਕਾਫੀ ਸਪੇਸੀਅਸ ਆਪਾਂ ਕੋਲ ਮਾਡਲਰ ਕਿਚਨ ਰਹੇਗੀ। ਇੱਥੇ 2 ਤੋਂ 3 ਜਣੇ ਬੰਦੇ ਆਰਾਮ ਨਾਲ ਖੜ੍ਹੇ ਹੋ ਕੇ ਰੋਟੀ ਪਾਣੀ ਅਤੇ ਭਾਂਡੇ ਵਗੈਰਾ ਧੋ ਸਕਦੇ ਨੇ। ਅਤੇ ਨਾਲ ਹੀ ਆਪਣੀ ਜੇ ਮੈਂ ਗੱਲ ਕਰਾਂ ਕਿਚਨ ਦੀ ਬੈਕ ਸਾਈਡ 'ਤੇ, ਕਿਚਨ ਦੇ ਨਾਲ ਹੀ ਆਪਣੇ ਕੋਲ ਇੱਕ ਵੱਡੀ ਜਿਹੀ ਬਾਲਕੋਨੀ ਰਹੇਗੀ। ਤੁਸੀਂ ਦੇਖ ਰਹੇ ਹੋ ਬਾਲਕੋਨੀ ਕਾਫੀ ਸਪੇਸੀਅਸ ਆਪਣੇ ਕੋਲ ਰਹਿਣ ਵਾਲੀ ਹੈ। ਅਤੇ ਇਸ ਕਿਚਨ ਦੇ ਵਿੱਚ ਆਪਾਂ ਤੁਹਾਨੂੰ ਬਾਹਰਲੀ ਸਾਈਡ 'ਤੇ ਜਿੱਦਾਂ ਦੇਖ ਰਹੇ ਹੋ ਕਿ ਜੋ ਪਾਈਪਲਾਈਨ ਆਪਣੀ ਰਹੇਗੀ ਚੁੱਲ੍ਹੇ ਦੀ, ਉਹ ਸਿਲੰਡਰ ਦੀ ਪ੍ਰੋਵੀਜ਼ਨ ਵੀ ਅਸੀਂ ਬਾਹਰਲੀ ਸਾਈਡ ਦੇ ਰਹੇ ਹਾਂ। ਅਤੇ ਆ ਰਿਹਾ ਜੀ ਆਪਣਾ ਵਾਸ਼ਿੰਗ ਏਰੀਆ, ਆਪਾਂ ਤੁਹਾਨੂੰ ਟੈਪ ਦਾ ਵਰਕ ਪੂਰਾ ਕਰਵਾ ਕੇ ਦੇਵਾਂਗੇ ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਾਫੀ ਵੱਡੀ ਆਪਣੀ ਇੱਥੇ ਦੀ ਬਾਲਕੋਨੀ ਆ। ਲਓ ਹੁਣ ਚੱਲਦੇ ਹਾਂ ਆਪਣੇ ਗੈਸਟ ਰੂਮ ਵਾਲੇ ਪਾਸੇ। ਗੈਸਟ ਯਾਰ ਆਏ ਗਏ ਰਹਿੰਦੇ ਨੇ ਹਨਾ, ਫਿਰ ਉਹਨਾਂ ਨੂੰ ਇੰਝ ਲੱਗੇ ਕਿ ਤੁਸੀਂ ਫਲੈਟ ਲੈ ਲਿਆ ਮੋਹਾਲੀ ਸ਼ਹਿਰ ਦੇ ਵਿੱਚ ਅਤੇ ਫਿਰ ਸਾਨੂੰ ਕਿੱਥੇ ਸੁਆਓਗੇ। ਅਤੇ ਉਹਨਾਂ ਵਾਸਤੇ ਵੀ ਆਪਾਂ ਧਿਆਨ ਰੱਖਦੇ ਹੋਏ ਆਪਾਂ ਤੁਹਾਨੂੰ ਇੱਥੇ ਦੇ ਰਹੇ ਹਾਂ ਗੈਸਟ ਰੂਮ। ਗੈਸਟ ਰੂਮ ਆਪਣਾ ਕਾਫੀ ਸਪੇਸੀਅਸ ਰਹਿਣ ਵਾਲਾ। ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਕਾਫੀ ਸੋਹਣਾ ਆਪਾਂ ਇੱਥੇ ਡਿਜ਼ਾਈਨ ਕੀਤਾ ਹੋਇਆ। ਸਾਹਮਣੇ ਤੁਹਾਨੂੰ ਇੱਥੇ LED ਪੈਨਲ ਰਹੇਗਾ, ਤੁਸੀਂ ਦੇਖ ਰਹੇ ਹੋ ਜਿੱਦਾਂ ਹਨਾ। ਅਤੇ ਮੇਰੇ ਬੈਕ 'ਤੇ ਤੁਸੀਂ ਜੋ ਬੈਡ ਦਾ ਡਿਜ਼ਾਈਨ ਦੇਖ ਰਹੇ ਹੋ ਇਹ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ। ਆਪਾਂ ਤੁਹਾਨੂੰ ਇੱਥੇ ਸਿੰਪਲ ਪਲੇਨ ਵਾਲ ਦੇਣ ਵਾਲੇ ਹਾਂ, ਬਟ ਤੁਹਾਨੂੰ ਕੱਪਬੋਰਡ ਜਿਹੜੇ ਨੇ ਉਹ ਸਲਾਈਡਰ ਦੇ ਨਾਲ ਰਹਿਣਗੇ। ਅਤੇ ਮਾਈਕੇ ਦੀ ਮੈਂ ਤੁਹਾਨੂੰ ਕਹਿ ਰਿਹਾ ਕਿ ਮਾਈਕੇ ਨੂੰ ਤੁਸੀਂ ਆਪਣੇ ਅਕੋਰਡਿੰਗ ਚੇਂਜ ਕਰਵਾ ਸਕਦੇ ਹੋ। ਸਲਾਈਡਰ ਜਿਹੜਾ ਆ ਉਹ ਆਪਣਾ ਸੇਮ ਤੁਹਾਨੂੰ ਇੱਦਾਂ ਹੀ ਰਹਿਣ ਵਾਲਾ ਆ। ਅਤੇ ਆਪਣਾ ਅਟੈਚ ਵਾਸ਼ਰੂਮ ਰਹੇਗਾ, ਵਾਸ਼ਰੂਮ ਕਾਫੀ ਸਪੇਸੀਅਸ ਰਹੇਗਾ ਔਰ ਫੁੱਲ ਹਾਈਟ ਦੇ ਵਿੱਚ ਤੁਹਾਨੂੰ ਇੱਥੇ ਟਾਈਲ ਵਰਕ ਮਿਲਣ ਵਾਲਾ। ਤੁਸੀਂ ਦੇਖ ਰਹੇ ਹੋ ਕਿ ਜੋ ਕਲਰ ਕੰਬੀਨੇਸ਼ਨ ਹੈ ਕਾਫੀ ਖੂਬਸੂਰਤ, ਆਪਾਂ ਬਈ ਲਾਈਟ ਕਲਰ ਦੇ ਵਿੱਚ ਕਲਰ ਕੰਬੀਨੇਸ਼ਨ ਨੂੰ ਯੂਜ਼ ਕੀਤਾ। ਵੈਂਟੀਲੇਸ਼ਨ ਨੂੰ ਧਿਆਨ ਰੱਖਿਆ ਅਸੀਂ, ਵਿੰਡੋ ਦੀ ਪ੍ਰੋਵੀਜ਼ਨ ਤੁਹਾਨੂੰ ਦਿੱਤੀ ਹੋਈ ਹੈ। ਜਿੰਨੀ ਟੈਪਸ ਨੇ ਉਹ ਆਪਣੀ ਸਾਰੀਆਂ ਦੀ ਸਾਰੀਆਂ ਇੱਕ ਬ੍ਰਾਂਡਡ ਫਿਟਿੰਗ ਦੇ ਵਿੱਚ ਰਹਿਣ ਵਾਲੀਆਂ ਨੇ। ਅਤੇ ਹਰ ਕਮਰੇ ਦੇ ਨਾਲ ਸਾਨੂੰ ਇੱਥੇ ਅਟੈਚ ਬਾਲਕਨੀ ਮਿਲੇਗੀ। ਬਾਲਕਨੀ ਕਹਿ ਲੱਗਾ ਸਰ, ਕੋਈ ਗੱਲ ਨਹੀਂ, ਬੋਲਦੇ ਬੋਲਦੇ ਭੁਲੇਖਾ ਪੈ ਜਾਂਦਾ। ਲਓ ਜੀ ਵੱਡੀ ਜੀ ਬਾਲਕੋਨੀ ਮਿਲੇਗੀ ਅਤੇ ਤੁਹਾਨੂੰ ਘਰ ਦੇ ਵਿੱਚ ਨਾ ਲਾਈਟਿੰਗ ਦਾ ਕੋਈ ਵੀ ਇਸ਼ੂ ਨਹੀਂ ਆਉਣ ਵਾਲਾ। ਔਰ ਬਾਲਕੋਨੀ ਆਪਣੀ ਬਹੁਤ ਵੱਡੀ ਹੈ ਜਿਹੜੀ ਕਿ ਮੈਂ ਤੁਹਾਨੂੰ ਉਹਨੇ ਵਿਖਾਈ ਸੀ ਕਿਚਨ ਦੇ ਨਾਲ ਜਿਹੜੀ ਅਟੈਚ ਸੀ। ਅਤੇ ਆਪਣੀ ਹਰ ਰੂਮ ਦੇ ਨਾਲ ਇੱਥੇ ਬਾਲਕੋਨੀ ਰਹੇਗੀ। ਅਤੇ ਹੁਣ ਆਪਾਂ ਚੱਲਦੇ ਹਾਂ ਇਸ ਘਰ ਦੇ ਸੈਕਿੰਡ ਬੈਡਰੂਮ ਵਾਲੇ ਪਾਸੇ। ਆਹ ਸੀ ਜੀ ਆਪਣਾ ਗੈਸਟ ਬੈਡਰੂਮ ਜੋ ਕਿ ਮੈਂ ਤੁਹਾਨੂੰ ਉਹਨੇ ਦੱਸਿਆ। ਅਤੇ ਆਹ ਨਾਲ ਹੀ ਆਪਣੀ ਸੀ ਮਾਡਲਰ ਕਿਚਨ। ਅਤੇ ਹੁਣ ਇੱਕ ਚੀਜ਼, ਇੱਕ ਜਦੋਂ ਆਪਾਂ ਫਲੈਟ ਵਗੈਰਾ ਲੈਂਦੇ ਹਾਂ ਜੇਕਰ ਸਾਡਾ ਕੋਮਨ ਵਾਸ਼ਰੂਮ ਨਾ ਹੋਵੇ ਨਾ, ਅਤੇ ਅਸੀਂ ਆਪਣੇ ਵਾਸ਼ਰੂਮ ਦੇ ਵਿੱਚ ਕਦੇ ਕੋਈ ਗੈਸਟ ਵਗੈਰਾ ਆਇਆ ਹੋਵੇ ਸਾਨੂੰ ਇੱਕ ਤਰ੍ਹਾਂ ਦੀ ਝਿਜਕ ਰਹਿੰਦੀ ਹੈ। ਅਤੇ ਇਸ ਲਈ ਅਸੀਂ ਤੁਹਾਨੂੰ ਇੱਥੇ ਇੱਕ ਕੋਮਨ ਵਾਸ਼ਰੂਮ ਦੇ ਰਹੇ ਹਾਂ ਫੁੱਲ ਹਾਈਟ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਟਾਈਲ ਵਰਕ ਹੈ। ਅਤੇ ਆ ਰਹੇਗਾ ਜੀ ਆਪਣਾ ਸੈਕਿੰਡ ਬੈਡਰੂਮ। ਸੈਕਿੰਡ ਬੈਡਰੂਮ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਆਪਣੇ ਵਾਰਡਰੋਬ, ਇਹ ਤੁਹਾਨੂੰ ਸੇਮ ਇੱਦਾਂ ਹੀ ਮਿਲਣ ਵਾਲੇ ਨੇ। ਵਾਰਡਰੋਬ ਫੁੱਲ ਹਾਈਟ ਦੇ ਨਾਲ ਰਹਿਣਗੇ। ਡੈਕੋਰ ਤੁਹਾਨੂੰ ਅਗਰ ਨੀਡ ਹੈ ਤਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੇ ਸਟੋਰੇਜ ਜਿਹੜੀ ਹੈ ਅਲਮੀਰਾ ਦੀ ਉਹ ਤੁਸੀਂ ਵੱਡੀ ਕਰਵਾ ਸਕਦੇ ਹੋ। ਅਤੇ ਵਾਲ ਦੇ ਪਿੱਛੇ ਜੋ ਤੁਸੀਂ ਇੱਕ ਡਿਜ਼ਾਇਨਿੰਗ ਦੇਖ ਰਹੇ ਹੋ ਵਾਲ ਨੂੰ, ਉਹ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜ਼ ਕਰਾਉਣੀ ਪਏਗੀ ਤੁਹਾਨੂੰ। ਇਹ
ਇਨਕਲੂਡ ਤੁਹਾਨੂੰ ਨਹੀਂ ਮਿਲਣ ਵਾਲੀ, ਅਤੇ ਨਾਲ ਹੀ ਤੁਹਾਨੂੰ ਨਾ ਹੀ ਇਨਕਲੂਡ ਤੁਹਾਨੂੰ ਇੱਥੇ LED ਪੈਨਲ ਮਿਲੇਗਾ। ਅਤੇ ਸਾਹਮਣੇ ਜੋ ਤੁਸੀਂ ਵਿੰਡੋ ਦੇਖ ਰਹੇ ਹੋ ਕਰਟਨ ਦੇ ਬੈਕ ਸਾਈਡ 'ਤੇ, ਉਹ ਵੀ ਆਪਣੀ ਵੱਡੀ ਜਿਹੀ ਵਿੰਡੋ ਦੇ ਨਾਲ ਬਾਲਕੋਨੀ ਤੁਹਾਡੀ ਅਟੈਚ ਰਹੇਗੀ। ਜੇ ਮੈਂ ਪ੍ਰਾਈਜ਼ ਦੇ ਵੱਲੋਂ ਮੋਹਾਲੀ ਸ਼ਹਿਰ ਦੇ ਵਿੱਚ ਇਸ ਫਲੈਟ ਦੀ ਗੱਲ ਕਰਦਾ, ਪਹਿਲੀ ਗੱਲ ਰੈਂਟ ਪਰਪਸ ਵੱਲੋਂ ਤੁਹਾਨੂੰ ਬਹੁਤ ਵਧੀਆ ਆ, ਤੁਹਾਨੂੰ ਇਹੀ 3 BHK ਦਾ ਫਲੈਟ ਜਿਹੜਾ ਆ, ਅਗਰ ਤੁਸੀਂ ਇਹਨੂੰ ਫੁੱਲੀ ਫਰਨਿਸ਼ਡ ਕਰ ਦਿੰਦੇ ਹੋ ਤਾਂ 35 ਤੋਂ 40 ਤੁਹਾਨੂੰ ਇੱਥੇ ਆਰਾਮ ਨਾਲ ਰੈਂਟ ਮਿਲਣ ਵਾਲਾ ਆ। ਅਤੇ ਹੁਣ ਚਲੋ ਤੁਹਾਨੂੰ ਮੈਂ ਪਹਿਲਾਂ ਜਿਹੜਾ ਥਰਡ ਬੈਡਰੂਮ ਜਿਹੜਾ ਆਪਣਾ ਮਾਸਟਰ ਬੈਡਰੂਮ ਹੈ ਤੁਹਾਨੂੰ ਪਹਿਲਾਂ ਉਹ ਦਿਖਾਦਾ, ਫਿਰ ਆਪਾਂ ਬਾਅਦ ਚੋਂ ਗੱਲ ਕਰਦੇ ਹਾਂ ਇਹਦੀ ਜਿਹੜੀ ਵੀ ਹੋਰ ਬੈਨੀਫਿਟਸ ਤੁਹਾਨੂੰ ਇਸ ਫਲੈਟ ਦੇ ਰਹਿਣ ਵਾਲੇ ਨੇ। ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਸੈਕਿੰਡ ਬੈਡਰੂਮ ਤੋਂ ਪਹਿਲਾਂ ਆਪਣੇ ਕੋਲ ਇੱਥੇ ਕੋਮਨ ਵਾਸ਼ਰੂਮ ਰਹਿਣਾ ਆ, ਅਤੇ ਕੋਮਨ ਵਾਸ਼ਰੂਮ ਦੇ ਬਿਲਕੁਲ ਹੀ ਸਾਹਮਣੇ ਆਪਣਾ ਇੱਥੇ ਰਹੇਗਾ ਜੀ ਮਾਸਟਰ ਬੈਡਰੂਮ। ਮਾਸਟਰ ਬੈਡਰੂਮ ਵੀ ਕਾਫੀ ਸਪੇਸੀਅਸ ਸਾਨੂੰ ਮਿਲ ਰਿਹਾ, ਅਤੇ ਆਪਾਂ ਇਹਦੇ ਜਿਹੜਾ ਡੈਕੋਰ ਦਾ ਕੰਮ ਕਰਾਇਆ ਕਾਫੀ ਖੂਬਸੂਰਤ ਕਰਾਇਆ ਹੋਇਆ। ਤੁਸੀਂ ਦੇਖ ਰਹੇ ਹੋ ਕਿ ਮਿਰਰ ਗਲਾਸ ਅਤੇ ਕਲੈਡਿੰਗ ਅਤੇ ਨਾਲ ਜਿਹੜਾ ਕਿ ਆਪਣਾ ਬੈੱਡ ਦਾ ਡਿਜ਼ਾਇਨ ਹੈ ਕਾਫੀ ਸੋਹਣਾ ਲੱਗ ਰਿਹਾ। ਅਤੇ ਸਾਹਮਣੇ ਜਿਹੜੇ ਤੁਸੀਂ ਕਰਟਨ ਦੇਖ ਰਹੇ ਹੋ ਇਹ ਆਪਣੀ ਜਿਹੜੀ ਕਿਚਨ ਦੇ ਨਾਲ ਜਿਹੜੀ ਮੈਂ ਤੁਹਾਨੂੰ ਬਾਲਕਨੀ ਦਿਖਾਈ ਸੀ, ਇਹ ਸਾਹਮਣੇ ਤੁਹਾਡੀ ਉਹੀ ਬਾਲਕਨੀ ਰਹਿਣ ਵਾਲੀ ਹੈ। ਅਤੇ ਤੁਸੀਂ ਆਪਣੇ ਇੱਕ ਸਾਈਡ 'ਤੇ ਦੇਖ ਰਹੇ ਹੋ ਕਿ ਆਪਾਂ ਸਟੂਡੈਂਟ ਦੇ ਵਰਕ ਲਈ ਆਪਣਾ ਜਿਹੜਾ ਵਾਈਟ ਜੋ LED ਪੈਨਲ ਦੇ ਨਾਲ ਵੁੱਡ ਦਾ ਵਰਕ ਕਰਵਾਇਆ ਹੋਇਆ, ਉਹ ਤੁਹਾਡੇ ਲੈਪਟੋਪ ਵਰਕ ਲਈ ਜਾਂ ਫਿਰ ਤੁਹਾਡੇ ਬੱਚਿਆਂ ਦੇ ਸਟੱਡੀ ਦੇ ਵਰਕ ਲਈ ਉਹ ਤੁਹਾਨੂੰ ਇੱਕ ਵਧੀਆ ਡਿਜ਼ਾਇਨ ਰਹਿਣ ਵਾਲਾ ਆ। ਅਤੇ ਸਾਹਮਣੇ ਤੁਹਾਨੂੰ LED ਪੈਨਲ ਮਿਲੇਗਾ, ਅਤੇ ਇਹ ਤੁਸੀਂ ਆਪਣੇ ਅਕੋਰਡਿੰਗ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ, ਜੋ ਕਿ ਤੁਹਾਨੂੰ ਇਸ ਦੇ ਜਿਹੜੇ ਪੈਸੇ ਨੇ ਉਹ ਐਕਸਟਰਾ ਪੇ ਕਰਨੇ ਪੈਣਗੇ। ਬਟ ਤੁਹਾਨੂੰ ਜਿਹੜੇ ਕਬਰਡ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਸੇਮ ਇੱਦਾਂ ਹੀ ਤੁਹਾਨੂੰ ਸਲਾਈਡਰ ਦੇ ਨਾਲ ਮਿਲਣ ਵਾਲੇ ਨੇ, ਅਤੇ ਇੱਕ ਸਾਈਡ 'ਤੇ ਤੁਹਾਨੂੰ ਮਿਰਰ ਦਾ ਡਿਜ਼ਾਇਨ ਤੁਹਾਨੂੰ ਮਿਲਣ ਵਾਲਾ ਆ। ਡਰੈਸਿੰਗ ਤੁਹਾਨੂੰ ਏਰੀਆ ਰਹੇਗਾ, ਅਤੇ ਨਾਲ ਹੀ ਇਸ ਦੇ ਵਿੱਚ ਤੁਹਾਨੂੰ ਅਟੈਚ ਵਾਸ਼ਰੂਮ ਮਿਲਣ ਵਾਲਾ ਹੈ। ਵਾਸ਼ਰੂਮ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਮੈਂ ਜੇ ਵੈਂਟੀਲੇਸ਼ਨ ਦੀ ਗੱਲ ਕਰਾਂ, ਵਿੰਡੋ ਤੁਹਾਨੂੰ ਅਸੀਂ ਪ੍ਰੋਵੀਜ਼ਨ ਦੇ ਰਹੇ ਹਾਂ, ਔਰ ਫੁੱਲ ਹਾਈਟ ਦੇ ਵਿੱਚ ਤੁਹਾਨੂੰ ਇਸਦੇ ਟਾਈਲ ਵਰਕ ਕਰਵਾ ਕੇ ਦੇ ਰਹੇ ਹਾਂ, ਔਰ ਜਿਹੜੀ ਟੈਪਸ ਨੇ ਉਹ ਆਪਣੀ ਬ੍ਰਾਂਡਿਡ ਰਹਿਣ ਵਾਲੀਆਂ ਨੇ ਜੀ। ਹਾਂਜੀ, ਕਿੱਦਾਂ ਦਾ ਰਿਹਾ ਤੁਹਾਨੂੰ ਅੱਜ ਦਾ ਫਲੈਟ? ਫਲੈਟ ਕਾਫੀ ਵਧੀਆ ਅਤੇ ਕਾਫੀ ਵਧੀਆ ਲੋਕੇਸ਼ਨ 'ਤੇ ਆ, ਅਤੇ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ। ਅਤੇ ਨਾਲੇ ਮੈਂ ਜਦੋਂ ਤੁਹਾਨੂੰ ਗੱਲ ਦੱਸਾਂ ਨਾ ਆਪਣੇ ਜਿਹੜੇ ਫਲੈਟ ਦੀ ਐਡਵਾਂਟੇਜ ਦੀ, ਉਹ ਐਡਵਾਂਟੇਜ ਦੀ ਗੱਲ ਇਹ ਰਹਿਣ ਵਾਲੀ ਹੈ ਕਿ ਆਪਣਾ ਫਲੈਟ ਕਾਲਜ ਦੇ ਬਿਲਕੁਲ ਨੇੜੇ ਆ, CU ਯੂਨੀਵਰਸਿਟੀ, ਜਿਹੜੀ ਕਿ ਬੜੀ ਹੀ ਮੰਨੀ ਹੋਈ, ਜ਼ਿਆਦਾਤਰ ਇੱਥੇ ਇੰਟਰਨੈਸ਼ਨਲ ਲੋਕ ਵੀ ਪੜ੍ਹਨ ਆਏ ਹੋਏ ਆ। ਅਤੇ ਦੂਜੇ ਪਾਸੇ ਮੈਂ ਰਿਆਤ ਯੂਨੀਵਰਸਿਟੀ ਦੀ ਗੱਲ ਕਰਾਂ, ਉਹ ਆਪਣੀ ਇੱਥੋਂ 5 ਮਿੰਟ ਦੀ ਡਰਾਈਵ 'ਤੇ ਰਹਿਣ ਵਾਲੀ ਆ। ਅਤੇ ਜ਼ਿਆਦਾਤਰ ਜਿਹੜੇ ਆਪਣੇ ਹੋਸਟਲ ਜਿਹੜੇ ਕਾਲਜ ਦੇ ਬੱਚੇ ਆ ਉਹ ਹੋਸਟਲ 'ਚ ਰਹਿਣਾ ਪਸੰਦ ਨਹੀਂ ਕਰਦੇ, ਅਤੇ ਤਾਂ ਕਰਕੇ ਜਿਹੜੀ ਆਪਣੀ ਆ ਸੁਸਾਇਟੀ ਆ ਇੱਥੇ ਸਾਨੂੰ ਰੈਂਟ ਜਿਹੜਾ ਆ ਉਹ ਵਧੀਆ ਮਿਲ ਜਾਂਦਾ ਆ ਸਟੂਡੈਂਟ ਕਰਕੇ। ਅਤੇ ਸੈਕਿੰਡ ਆਪਣੀ ਇਸ ਲੋਕੇਸ਼ਨ ਦੇ ਉੱਤੇ ਜਿਹੜਾ ਅੱਜ ਦਾ ਪ੍ਰਾਈਜ਼ ਆ ਉਹ ਪ੍ਰਾਈਜ਼ 80 ਲੱਖ ਰੁਪਏ ਆ, ਮਤਲਬ ਕਿ 57 ਲੱਖ ਤੋਂ ਆਪਣਾ 2 BHK ਅਤੇ 3 BHK ਆਪਣਾ 70 ਲੱਖ ਤੋਂ, ਅਤੇ ਆਪਣਾ ਜਿਵੇਂ ਕਿ ਥੋੜ੍ਹਾ ਜਿਹਾ ਸਾਈਜ਼ ਚੇਂਜ ਆ ਅਤੇ ਇੱਕ ਦਾ 80 ਲੱਖ ਰੁਪਈਏ ਆ, ਹੈ ਨਾ। ਅਤੇ ਹੋਰ ਛੋਟੇ ਮੋਟੇ ਜਿਹੜੇ ਸਰਕਾਰੀ ਆਪਣੇ ਡਾਕੂਮੈਂਟ ਦੀ ਜਿਹੜੀ ਰਜਿਸਟਰੀ ਆ ਉਹ ਮਿਲਾ ਮਿਲੂ ਕੇ ਕੁਝ ਤੁਹਾਡਾ 5 ਕੁ ਲੱਖ ਜਾਂ 6 ਕੁ ਲੱਖ ਰੁਪਈਆ ਐਕਸਟਰਾ ਰਹਿੰਦਾ, ਜਿਵੇਂ ਕਿ ਮੈਂਬਰ ਕਲੱਬ ਹੋ ਗਿਆ, ਹੈ ਨਾ। ਉਹ ਸਭ ਕੁਝ ਤੁਹਾਨੂੰ ਇਸ ਸੁਸਾਇਟੀ ਦੇ ਵਿੱਚ ਮਿਲਣ ਵਾਲਾ ਆ। ਹਰ ਤਰ੍ਹਾਂ ਦੀ ਐਮਨਿਟੀਜ਼ ਤੁਹਾਨੂੰ ਮਿਲਣ ਵਾਲੀ ਆ, ਸਵਿਮਿੰਗ ਪੂਲ, ਇਨਡੋਰ ਗੇਮ, ਆਊਟਡੋਰ ਗੇਮ ਤੁਹਾਨੂੰ ਇਸ ਸੁਸਾਇਟੀ ਦੇ ਵਿੱਚ ਮਿਲੇਗੀ। ਅਤੇ ਇੱਕ ਵਾਰੀ ਵਿਜਿਟ ਕਰੋ, ਅਤੇ ਨਾਲੇ ਮੈਂ ਤੁਹਾਨੂੰ ਇੱਕ ਉਸ ਪਰਸਨ ਨਾਲ ਮਿਲਾਵਾਂਗਾ ਲਾਸਟ ਦੇ ਵਿੱਚ। ਜੇ ਤੁਸੀਂ ਮੇਰੇ ਚੈਨਲ ਦਾ ਨਾਮ ਸਾਡਾ ਘਰ ਲੈ ਕੇ ਅਗਰ ਇਸ ਪ੍ਰੋਪਰਟੀ ਨੂੰ ਡੀਲ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਜਿਹੜਾ ਰੇਟ ਆਉਣ ਵਾਲਾ ਆ ਉਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਥੇ ਔਫਰ ਦਵਾਵਾਂਗਾ। ਅਤੇ ਇਸ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ ਜੇ ਕੋਈ ਤੁਹਾਨੂੰ
ਇਨਫੋਰਮੇਸ਼ਨ ਲੈਣੀ ਆ ਇਸ ਫਲੈਟ ਬਾਰੇ, ਅਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਥੱਲੇ ਦਿੱਤੇ ਗਏ ਨੰਬਰਾਂ 'ਤੇ, ਅਤੇ ਬਣੇ ਰਹੋ ਸਾਡੇ ਨਾਲ, ਆਪਾਂ ਫਿਰ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ। ਅੱਜ ਦੇ ਲਈ ਸਤਿ ਸ਼੍ਰੀ ਅਕਾਲ। ਇੱਕ ਜਿਹੜੇ ਪਰਸਨ ਨਾਲ ਮੈਂ ਤੁਹਾਡੀ ਮੀਟ ਕਰਾਉਣੀ ਸੀ, ਉਹ ਪਰਸਨ ਐਕਚੁਅਲੀ ਆਊਟ ਆਫ ਲੋਕੇਸ਼ਨ ਹੈ, ਅਤੇ ਸੋਰੀ ਉਸ ਲਈ, ਹੈ ਨਾ। ਅਤੇ ਤੁਸੀਂ ਫਿਰ ਵੀ ਬੇਚਿੰਤ ਰਹੋ, ਜੇਕਰ ਤੁਹਾਨੂੰ ਔਫਰ ਚਾਹੀਦਾ ਆ ਤੁਸੀਂ ਮੈਨੂੰ ਥੱਲੇ ਦਿੱਤੇ ਗਏ ਨੰਬਰਾਂ 'ਤੇ ਇੱਕ ਵਾਰੀ ਕਾਲ ਕਰ ਲਿਆ ਜੇ, ਅਤੇ ਮੈਂ ਤੁਹਾਨੂੰ ਜੇ ਗੱਲ ਗਈ ਹੈ ਕਿ ਮੈਂ ਤੁਹਾਨੂੰ ਔਫਰ ਦਵਾਵਾਂਗਾ, ਅਤੇ ਮੈਂ ਤੁਹਾਨੂੰ ਵਧੀਆ ਔਫਰ ਦਵਾਵਾਂਗਾ, ਅਤੇ ਫਿਰ ਨਾਲੇ ਉਸ ਬੰਦੇ ਨਾਲ ਵੀ ਮਿਲਾਵਾਂਗਾ ਜਿਸ ਬੰਦੇ ਦੀ ਮੈਂ ਜ਼ਿਕਰ ਕਰ ਰਿਹਾ ਸਾਂ। ਅਤੇ ਫਿਰ ਚਲੋ ਅੱਜ ਦੇ ਲਈ ਸਤਿ ਸ਼੍ਰੀ ਅਕਾਲ, ਫਿਰ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਅਤੇ ਨਵੀਂ ਵੀਡੀਓ ਦੇ ਨਾਲ। ਅਤੇ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਕਿ ਜਿਹੜੇ ਮੇਰੇ ਬਲੌਗ ਨੇ ਉਹ ਕਿੱਦਾਂ ਦੇ ਤੁਹਾਨੂੰ ਲੱਗ ਰਹੇ ਨੇ, ਔਰ ਨਾਲੇ ਲਾਈਕ ਸ਼ੇਅਰ ਜ਼ਰੂਰ ਕਰਨਾ, ਔਰ ਸਾਡੇ ਘਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ।